ਤੁਸੀਂ ਦੇਖ ਰਹੇ ਹੋ ਦੇਸ਼ ਪ੍ਰਦੇਸ਼ ਟੀਵੀ ਤੇ ਮੈਂ ਰਾਸਿਬ ਕੌਰ 19 ਜੁਲਾਈ ਤੋਂ ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੇ ਵਿੱਚ ਮੌਨਸੂਨ ਇਜਲਾਸ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਤਦ ਤੋਂ ਹੀ ਵਿਰੋਧੀ ਪਾਰਟੀਆਂ ਦੁਆਰਾ ਵੱਖ ਵੱਖ ਮੁੱਦਿਆਂ ਤੇ ਭਾਜਪਾ ਦੇ ਸਾਂਸਦਾਂ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ਦੋਵਾਂ ਸਦਨਾਂ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਦੀ ਕਾਰਵਾਈ ਦੀ ਜੇਕਰ ਗੱਲ ਕਰੀਏ ਤਾਂ ਅੱਜ ਵੀ ਦੋਵਾਂ ਸਦਨਾਂ ਦੇ ਵਿੱਚ ਵਿਰੋਧੀ ਪਾਰਟੀਆਂ ਦੁਆਰਾ ਲਗਾਤਾਰ ਨਾਅਰੇਬਾਜ਼ੀ ਕੀਤੀ ਜਾਂਦੀ ਰਹੀ ਹੈ ਇੱਕ ਪਾਸੇ ਪੈਗਾਸਸ ਜਸੂਸੀ ਦਾ ਮਾਮਲਾ ਹੈ ਤੇ ਇਸ ਦੇ ਨਾਲ ਹੀ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਮੁੱਦੇ ਤੇ ਵਿਰੋਧੀ ਪਾਰਟੀਆਂ ਭਾਜਪਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੀਆਂ ਹੋਈਆਂ ਤੇ ਹੱਥਾਂ ਦੇ ਵਿੱਚ ਬੈਨਰ ਫੜ ਕੇ ਪ੍ਰਦਰਸ਼ਨ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਅੱਜ ਦੀ ਜੇਕਰ ਕਾਰਵਾਈ ਦੀ ਗੱਲ ਕਰਦੇ ਹਾਂ ਤਾਂ ਇੱਕ ਪਾਸੇ ਲੋਕ ਸਭਾ ਦੇ ਵਿੱਚ ਜਦ ਖੇਡ ਮੰਤਰੀ ਅਨੁਰਾਗ ਠਾਕੁਰ ਬੋਲਣ ਲੱਗਦੇ ਨੇ ਤਾਂ ਭਾਜਪਾ ਦੇ ਖਿਲਾਫ ਵਿਰੋਧੀ ਪਾਰਟੀਆਂ ਦੁਆਰਾ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਉੱਥੇ ਹੀ ਦੂਸਰੇ ਪਾਸੇ ਰਾਜ ਸਭਾ ਦੇ ਵਿੱਚ ਜਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ ਬਿੱਲ ਪੇਸ਼ ਕਰਨ ਲੱਗਦੇ ਨੇ ਤਾਂ ਤਦ ਵੀ ਵਿਰੋਧੀ ਪਾਰਟੀਆਂ ਦੁਆਰਾ ਆਪਣਾ ਮੋਰਚਾ ਖੋਲ੍ਹ ਦਿੱਤਾ ਜਾਂਦਾ ਹੈ ਤੇ ਨਾਅਰੇਬਾਜ਼ੀ ਲਗਾਤਾਰ ਕੀਤੀ ਜਾਂਦੀ ਹੈ ਇਸ ਦਰਮਿਆਨ ਇਹ ਵੀ ਦੇਖਿਆ ਗਿਆ ਕਿ ਸਪੀਕਰ ਦੇ ਸਾਹਮਣੇ ਜਾ ਕੇ ਵਿਰੋਧੀ ਪਾਰਟੀਆਂ ਹੱਥਾਂ ਦੇ ਵਿੱਚ ਬੈਨਰ ਫੜ ਕੇ ਪ੍ਰਦਰਸ਼ਨ ਕਰ ਰਹੀਆਂ ਨੇ ਲਗਾਤਾਰ ਇਹ ਵਿਰੋਧ ਪ੍ਰਦਰਸ਼ਨ ਜਾਰੀ ਹੈ ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੁਆਰਾ ਵੀ ਕਿਸਾਨਾਂ ਦੇ ਮੁੱਦੇ ਤੇ ਵਿਪ ਜਾਰੀ ਕੀਤਾ ਗਿਆ ਸੀ ਵਿਰੋਧੀ ਪਾਰਟੀਆਂ ਦੁਆਰਾ ਕਿਸਾਨਾਂ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਾ ਮੁੱਦਾ ਸੰਸਦ ਦੇ ਵਿੱਚ ਉਠਾਇਆ ਜਾਵੇ ਉੱਥੇ ਇਸ ਦੇ ਨਾਲ ਪੈਗਾਸਸ ਜਸੂਸੀ ਮਾਮਲਾ ਵੀ ਲਗਾਤਾਰ ਭਖਦਾ ਹੋਇਆ ਦਿਖਾਈ ਦੇ ਰਿਹਾ ਜਿਸ ਤੇ ਵਿਰੋਧੀ ਪਾਰਟੀਆਂ ਦੁਆਰਾ ਕਾਰਵਾਈ ਅਤੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਸੰਸਦ ਦੇ ਦੋਹਾਂ ਸਦਨਾਂ ਦੇ ਵਿੱਚ ਇਸ ਰੌਲੇ ਰੱਪੇ ਦੇ ਦਰਮਿਆਨ ਕਈ ਬਿੱਲ ਵੀ ਪਾਸ ਕਰ ਦਿੱਤੇ ਗਏ ਨੇ ਸਪੀਕਰ ਦੁਆਰਾ ਵੀ ਬਾਰ ਬਾਰ ਇਹ ਜਿਹੜਾ ਅਨਾਊਂਸਮੈਂਟ ਕੀਤੀ ਜਾਂਦੀ ਕਿ ਸਦਨ ਦੇ ਵਿੱਚ ਜਿਹੜਾ ਮਾਹੌਲ ਉਹ ਸ਼ਾਂਤੀਪੂਰਵਕ ਬਣਾ ਕੇ ਰੱਖਿਆ ਜਾਵੇ ਅਤੇ ਇਸ ਤੋਂ ਇਲਾਵਾ ਬੀਤੇ ਕੱਲ ਜੋ ਕਾਂਗਰਸ ਦੇ ਸੰਸਦਾਂ ਦੁਆਰਾ ਭਾਜਪਾ ਸੰਸਦ ਦੇ ਸਾਹਮਣੇ ਪੇਪਰ ਪਾੜ ਕੇ ਸੁੱਟੇ ਗਏ ਨੇ ਉਸ ਕਾਰਵਾਈ ਤੇ ਅੱਜ ਸਪੀਕਰ ਦੁਆਰਾ ਖਾਸ ਤੌਰ ਤੇ ਗੱਲ ਆਖੀ ਗਈ ਕਿ ਸੰਸਦ ਦੇ ਵਿੱਚ ਅਜਿਹੀ ਕਾਰਵਾਈ ਜਿਹੜੀ ਉਸ ਨੂੰ ਮੰਨਿਆ ਨਹੀਂ ਜਾਵੇਗਾ ਅਤੇ ਇਸ ਦੇ ਨਾਲ ਹੀ ਭਾਜਪਾ ਸੰਸਦ ਵੀ ਇਸ ਕਾਰਵਾਈ ਤੇ ਅੱਜ ਨਾਰਾਜ਼ ਹੁੰਦੇ ਹੋਏ ਦਿਖਾਈ ਦਿੱਤੇ ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਅੱਜ ਦੇ ਸੰਸਦ ਦੀਆਂ ਕਾਰਵਾਈ ਦੀਆਂ ਦਿਖਾ ਦਿੰਦੀਆਂ ਕਿ ਲੋਕ ਸਭਾ ਤੇ ਰਾਜ ਸਭਾ ਦੋਵਾਂ ਸਦਨਾਂ ਦੇ ਵਿੱਚ ਕਿਸ ਤਰ੍ਹਾਂ ਕਾਰਵਾਈ ਦੇ ਦੌਰਾਨ ਵਿਰੋਧੀ ਪਾਰਟੀਆਂ ਦੁਆਰਾ ਭਾਜਪਾ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸ ਦਰਮਿਆਨ ਕਈ ਬਿੱਲ ਨੇ ਜਿਹੜੇ ਉਹ ਦੋਵਾਂ ਸਦਨਾਂ ਦੇ ਵਿੱਚ ਪਾਸ ਵੀ ਕਰ ਦਿੱਤੇ ਗਏ ਨੇ ਵਾਟ ਇਜ਼ ਆਲ ਦਿਸ ਵਾਟ ਇਜ਼ ਹੈਪਨਿੰਗ ਦੇਰ ਕੈਨ ਨਾਟ ਬੀ ਪੁਆਇੰਟ ਆਫ ਆਰਡਰ ਇਨ ਦਿਸ ਆਰਡਰ ਯੂ ਨੋ ਦੈਟ ਸੋ ਬ੍ਰਿੰਗ ਪਲੀਸ ਯੂ ਮਾਈਟ ਹੈਵ ਸੀਨ ਯੂ ਮਾਈਟ ਸੇ और मुझे लगता है कि ऐसे कार्यों के माध्यम से समुचित ढंग से समन्वय के साथ जनजातीय क्षेत्रों में विकासात्मक कार्यक्रमों को और रोजगार मूलक योजनाओं को अच्छे तरीके से प्रारंभ किया जा सकेगा और आने वाले दिनों में इसका लाभ जनजातीय क्षेत्रों को अच्छा मिल सकेगा। क्वेश्चन नंबर 109 श्रीमती फूलो देवी नेताम प्लीज अपने सीट पर जाइए सवाल पूछिए आप वेल में है ये सवाल पूछने का अवसर है माननीय मंत्री केबल ऑफ द हाउस ऑनरेबल श्री जी के वासन ऑनरेबल श्री जी के वासन स्टैंड सर दैट द मिशन क्वेश्चन अनाउंस द बजट 21-22 इज एन इंटीग्रेटेड न्यूट्रिशन सपोर्ट प्रोग्राम सर माननीय सांसद को आपके माध्यम से बतलाना चाहती हूँ कि पोषण अभियान में भारत सरकार के लगभग 15 विभाग समन्वय से काम कर रहे हैं इसमें हेल्थ मिनिस्ट्री पंचायती राज ग्राम्य विकास मंत्रालय के साथ साथ जो जो मंत्रालय बच्चे और महिला के स्वास्थ्य को बेहतर कर सकते हैं आपसे पहले पूछे गए प्रश्न में पोर्टेबल ड्रिंकिंग वाटर का भी उल्लेख किया था जल शक्ति मंत्रालय के साथ हमने समन्वय करके हर आंगनवाड़ी में स्वच्छ पीने का पानी और टॉयलेट की व्यवस्था सुदृढ़ हो जाए उसका भी प्रयास किया है आपको जानकर खुशी होगी कि हमारे देश के इतिहास में माननीय प्रधानमंत्री जी के नेतृत्व में पहली बार हर आंगनवाड़ी में बच्चे की ग्रोथ मॉनिटरिंग डिवाइस को दिया गया है आज मैं आपको बतलाना चाहती हूँ इस सदन में कि देश के 13.5 लाख आंगनबाड़ियों में पहली बार मोबाइल सर्विस देने का और इंस्ट्रूमेंट देने का काम अगर किसी ने किया तो वो नरेंद्र दामोदर मोदी है। आसन पर पर्ची फेंकना आसन की अवमानना करना हमारी संसदीय परंपराओं के अनुरूप नहीं है।
हम संसद की गरिमा का ध्यान नहीं रखेंगे तो हमारा संसदीय लोकतंत्र कैसे मजबूत होगा। मेरी कोशिश होती है कि सभी सदस्यों को अपने विषय रखने का पर्याप्त समय दूं। हम सबको सामूहिक रूप से निर्णय करना होगा कि हम कैसे इस सदन की गरिमा और सम्मान को बढ़ा सकते हैं। सदन के अंदर कल की घटना पर कहें आप। हाँ, सर, सरकार की जिद्दीबाजी से सदन के अंदर हम अपना बात नहीं रख पाते हैं। पहले दिन पहला मेडल ये पहली बार हुआ है और वो देश की बेटी मीराबाई चानू ने करके दिया दिखाया है और मुझे लगता है ये हमारे लिए गर्व की बात है। और आज भी सुबह से बहुत अच्छी परफॉर्मेंस वहाँ पर रही, आगे और मेडल जीतने की उम्मीद भी है। मैं यहाँ पर कहना चाहता हूँ, जहाँ पर आपने मध्य प्रदेश की बात कही तो मध्य प्रदेश में हमारे नेशनल सेंटर ऑफ एक्सीलेंस जो है वो एक भोपाल में चल रहा है, जहाँ पर लगभग 223 एथलीट्स खेलते हैं। साई ट्रेनिंग सेंटर स्कीम के अंतर्गत जबलपुर, टीकमगढ़ और धार में लगभग 62 खिलाड़ी, उसमें रेजिडेंशियल में और नॉन रेजिडेंशियल में 30 खिलाड़ी खेल रहे हैं। एक्सटेंशन सेंटर जो एसटीसी का एक्सटेंशन सेंटर है उसमें भी खंडवा में जो 20 खिलाड़ी हैं हमारे नॉन रेजिडेंशियल में हैं। और गवर्नमेंट बॉय स्कूल इंदौर में भी हमारे लगभग 39 लोग खेल रहे हैं। इसी तरह से खो खो के लिए जबलपुर में, तो वहीं पर जो अखाड़ा को अलग अलग अडॉप्ट किया गया है उसमें भी 3 जिलों पर, उज्जैन में, इंदौर और उज्जैन में ही एक और, कुल मिलाकर 25 खिलाड़ी इसमें हैं। कुल मिलाकर 285 एथलीट। सोज लोकसभा की कार्रवाई तो पहला स्पीकर ओम बिरला यह कहते हुए नज़र आते हैं कि सदन के मर्यादा का ध्यान रखा जाए। राज्यसभा के स्पीकर आखते हैं कि सदन के सारे संसद अपने मुद्दे रख सकते हैं, विरोधी पार्टियां सत्ता के खड़ी पार्टी तो सवाल पूछ सकदियां ने, इस करके सदन के अजिहा माहौल बनाया जाना जरूरी है जिस गलबात की जा सके। फिलहाल दोहां सदनों के कार्रवाई को कल के 11 बजे तक मुलतवी कर दिया गया है।